ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਜੀ ਹੈਲਥ ਪਲੱਸ ਸ਼ੋਅ 'ਤੇ। ਇਸ ਸ਼ੋਅ ਦੇ ਵਿੱਚ ਸਾਡੇ ਨਾਲ ਹੋਣਗੇ ਡਾਕਟਰ ਨਵਦੀਪ ਸ਼ਰਮਾ ਜੀ, ਜੋ ਕਿ ਕਰੀਬ 20 ਸਾਲਾਂ ਤੋਂ ਆਯੁਰਵੇਦ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਹਰ ਭਾਵੇਂ ਛੋਟੀ ਬਿਮਾਰੀ ਦੀ ਗੱਲ ਕਰੀਏ ਅਤੇ ਵੱਡੀ ਤੋਂ ਵੱਡੀ ਬਿਮਾਰੀ ਦੀ ਵੀ ਗੱਲ ਕੀਤੀ ਜਾਵੇ ਅਤੇ ਉਹਨਾਂ ਦਾ ਟ੍ਰੀਟਮੈਂਟ ਕਰਦੇ ਆਏ ਨੇ। ਇਸੇ ਲਾਈਨ ਦੇ ਵਿੱਚ ਉਹਨਾਂ ਨੇ PhD ਕੀਤੀ ਹੈ, ਫੁੱਲੀ ਐਕਸਪੀਰੀਅੰਸ ਨੇ। ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਬਾਰੇ ਅਸੀਂ ਆਪਣੇ ਸ਼ੋਅ ਦੇ ਵਿੱਚ ਵੀ ਡਿਸਕਸ ਕਰਦੇ ਹਾਂ ਅਤੇ ਅੱਜ ਵੀ ਇੱਕ ਖਾਸ ਚੀਜ਼, ਖਾਸ ਬਿਮਾਰੀ ਹੋਏਗੀ ਜਿਸ ਬਾਰੇ ਅਸੀਂ ਡਿਸਕਸ ਕਰਾਂਗੇ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਾਡਾ ਲਾਈਫ ਸਟਾਈਲ ਚੇਂਜ ਹੁੰਦਾ ਜਾ ਰਿਹਾ। ਸੋ ਉਸੇ ਲਾਈਫ ਸਟਾਈਲ ਦੇ ਨਾਲ ਨਾਲ ਕਹੀਏ ਤਾਂ ਸਾਡੀ ਸਿਹਤ ਬਹੁਤ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ, ਕਿਉਂਕਿ ਅਸੀਂ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ, ਖਾਣ ਪੀਣ ਵੀ ਸਾਡਾ ਸਹੀ ਨਹੀਂ ਹੁੰਦਾ, ਇਸੇ ਕਾਰਨ ਹੀ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਸੋ ਗੱਲਬਾਤ ਕਰਾਂਗੇ, ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਉਹਨਾਂ ਦਾ, ਵੈਲਕਮ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਜੀ, ਸਭ ਤੋਂ ਪਹਿਲਾਂ ਦੱਸ ਦਈਏ ਸਾਡੇ USA ਦੇ ਜਿਹੜੀ ਆਡੀਅੰਸ ਦੇਖ ਰਹੀ ਹੈ ਕਿ ਉੱਥੇ ਵੀ ਇਹਨਾਂ ਦੇ ਸੈਂਟਰਸ ਹੈਗੇ ਨੇ, ਬਾਕੀ ਤਾਂ ਹੈਲਪਲਾਈਨ ਨੰਬਰ ਲਗਾਤਾਰ TV ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਬਾਕੀ ਆਡੀਅੰਸ ਜਿਹੜੀ ਹੈ ਕਾਲ ਕਰ ਸਕਦੀ ਹੈ, ਡਿਸਕਸ ਕਰ ਸਕਦੀ ਹੈ ਆਪਣੀ ਪ੍ਰੋਬਲਮ। ਬਾਕੀ USA ਦੇ ਵਿੱਚ ਜਿਹੜੇ ਸੈਂਟਰਸ ਨੇ, ਨਿਊਯਾਰਕ ਦੇ ਵਿੱਚ ਹੈਗਾ, ਐਰੀਜ਼ੋਨਾ ਦੇ ਵਿੱਚ, ਸਿਆਟਲ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ, ਮਿਸ਼ੀਗਨ ਦੇ ਵਿੱਚ, ਹਰ ਜਗ੍ਹਾ 'ਤੇ ਤੁਸੀਂ ਪਹੁੰਚ ਸਕਦੇ ਹੋ। ਪ੍ਰੋਪਰ ਐਡਰੈਸ ਜਿਹੜਾ ਆ ਉਹ ਤੁਸੀਂ ਨੰਬਰ ਜੋ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ ਤੋਂ ਲੈ ਸਕਦੇ ਹੋ, ਆਪਣੀ ਪ੍ਰੋਬਲਮ ਜਿਹੜੀ ਆ ਉਹ ਡਿਸਕਸ ਕਰ ਸਕਦੇ ਹੋ। ਬਾਕੀ 31 ਸੈਂਟਰਸ ਟੋਟਲ ਨੇ ਇਹਨਾਂ ਦੇ, ਇੰਡੀਆ ਦੇ ਵਿੱਚ ਵੀ ਅਲੱਗ ਅਲੱਗ ਜਗ੍ਹਾ 'ਤੇ ਬਹੁਤ ਸਾਰੇ ਸੈਂਟਰਸ ਨੇ। ਸੋ ਸਰ, ਅੱਜ ਆਪਾਂ ਗੱਲ ਕਰਦੇ ਹਾਂ ਓਬੈਸਿਟੀ ਦੀ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਹ ਵੀ ਪ੍ਰੋਬਲਮ ਬਹੁਤ ਹੀ ਜ਼ਿਆਦਾ ਵੱਧਦੀ ਜਾ ਰਹੀ ਹੈ, ਹਰ ਕੋਈ ਇਨਸਾਨ ਇਸ ਤੋਂ ਪਰੇਸ਼ਾਨ ਹੈਗਾ, ਕਿਉਂਕਿ ਹਰ ਕਿਸੇ ਨੂੰ ਹੁੰਦਾ ਕਿ ਅਸੀਂ ਦਿਖੀਏ ਅੱਛਾ, ਸਾਡੀ ਲੁੱਕਸ ਅੱਛੀਆਂ ਹੋਣ, ਹੈ ਨਾ, ਪਰ ਕਿਤੇ ਨਾ ਕਿਤੇ ਨੇ ਲੁੱਕਸ ਵੀ ਖਰਾਬ ਕਰਤੀਆਂ ਅਤੇ ਕਈ ਤਰ੍ਹਾਂ ਦੀਆਂ ਇਸ ਵਜ੍ਹਾ ਕਾਰਨ ਲੋਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਨੇ। ਅੱਜ ਕੱਲ੍ਹ ਅਸੀਂ ਜਦੋਂ ਇੱਕ ਏਜ ਵੱਧਦੀ ਹੈ ਤਦ ਤਾਂ ਇਹ ਪ੍ਰੋਬਲਮ ਫੇਸ ਕਰਦੇ, ਪਰ ਨਾਲ ਦੀ ਨਾਲ ਛੋਟੇ ਛੋਟੇ ਬੱਚੇ ਹੀ ਵੀ ਆਪਾਂ ਦੇਖੀਏ ਤਾਂ ਉਹ ਵੀ ਬਹੁਤ ਜ਼ਿਆਦਾ ਸ਼ਿਕਾਰ ਹੋ ਜਾਂਦੇ ਨੇ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਰੀਜ਼ਨ ਕੀ ਹੈਗਾ ਕਿ ਅੱਜ ਦੇ ਟਾਈਮ ਦੇ ਵਿੱਚ ਕਿਉਂ ਇਹ ਪ੍ਰੋਬਲਮ, ਇਹ ਰੋਗ ਜਿਹੜਾ ਇੰਨਾ ਜ਼ਿਆਦਾ ਵੱਧਦਾ ਜਾ ਰਿਹਾ। ਓਬੈਸਿਟੀ ਦੇਖੋ, ਸਭ ਤੋਂ ਜਿਹੜਾ ਮੇਜਰ ਰੀਜ਼ਨ ਹੈ ਓਬੈਸਿਟੀ ਦਾ ਜਿਹੜਾ ਕਿ ਅੱਜ ਵੱਧ ਰਿਹਾ ਵਾ, ਉਹ ਹੈ ਅੱਜ ਦਾ ਲਾਈਫ ਸਟਾਈਲ। ਅੱਜ ਸਾਡੇ 'ਚੋਂ ਮੈਜੋਰਿਟੀ ਲੋਕ ਉਹ ਲਾਈਫ ਸਟਾਈਲ ਜੀ ਰਹੇ ਨੇ ਜਿਹੜਾ ਕਿਸੇ ਟਾਈਮ 'ਤੇ ਰਾਜੇ ਮਹਾਰਾਜੇ ਵੀ ਨਹੀਂ ਜੀਂਦੇ ਸੀ। ਬਹੁਤ ਹੀ ਜ਼ਿਆਦਾ ਸੁੱਖ ਆਯੂ ਬਤੀਤ ਕਰ ਰਹੇ ਨੇ, ਫਿਜ਼ੀਕਲ ਐਕਟੀਵਿਟੀ ਬਹੁਤ ਘੱਟਦੀ ਜਾ ਰਹੀ ਹੈ। ਅਗਰ ਆਪਾਂ ਸੌਣ ਦੀ ਗੱਲ ਕਰੀਏ, ਸਲੀਪਿੰਗ ਆਰਟਸ ਬਹੁਤ ਖਰਾਬ ਨੇ ਲੋਕਾਂ ਦੇ, ਰਾਤੀ ਲੇਟ ਸੋਣਾ, ਦਿਨੇ ਲੇਟ ਉੱਠਣਾ। ਛੋਟੇ ਹੁੰਦੇ ਆਪਾਂ ਸੁਣਦੇ ਸੀ ਅਰਲੀ ਟੂ ਬੈੱਡ ਐਂਡ ਅਰਲੀ ਟੂ ਰਾਈਜ਼ ਮੇਕਸ ਅ ਮੈਨ ਹੈਲਦੀ ਵੈਲਦੀ ਐਂਡ ਵਾਈਜ਼। ਅੱਜ ਆਪਾਂ ਉਲਟੇ ਹੋ ਗਏ ਹਾਂ ਉਸ ਤੋਂ, ਲੇਟ ਤੋਂ ਲੇਟ ਬੰਦਾ ਸੌਂਦਾ ਵੈ ਅਤੇ ਉਸ ਤੋਂ ਬਾਅਦ ਜਿੰਨੀ ਲੇਟ ਹੋ ਸਕੇ ਉੱਨੀ ਲੇਟ ਉੱਠਦਾ ਵੈ। ਕੋਈ ਖਾਸ ਫਿਜ਼ੀਕਲ ਐਕਸਰਸਾਈਜ਼ ਨਹੀਂ, ਜਿੱਥੇ ਵੀ ਜਾਣਾ ਮੈਂ ਸਾਰੇ ਪੈਟਰੋਲ ਵਹੀਕਲਸ ਨੇ, ਕਾਰਜ ਐਂਡ ਆਲ, ਔਰ ਬੈਨ ਵਾਲੇ ਕੰਮ ਨੇ। ਫਿਜ਼ੀਕਲ ਐਕਟੀਵਿਟੀ ਬਹੁਤ ਘੱਟ ਹੋ ਗਈ ਹੈ। ਫੂਡ ਵੀ ਅਗਰ ਆਪਾਂ ਗੱਲ ਕਰੀਏ, ਪ੍ਰੋਸੈਸਡ ਫੂਡ ਆ ਰਿਹਾ ਵੈ, ਹਾਈ ਕੈਲਰੀ ਡਾਈਟਸ ਨੇ। ਈਵਨ ਅਗਰ ਆਪਾਂ ਆਪਣੇ ਡਰਿੰਕਸ ਦੀ ਗੱਲ ਕਰੀਏ ਤਾਂ ਸੋਫਟ ਡਰਿੰਕਸ ਇੱਕ ਕੋਮਨ ਚੀਜ਼ ਬਣ ਗਈ, ਇੱਕ ਸਟਾਈਲ ਬਣ ਗਿਆ ਵੈ ਸੋਫਟ ਡਰਿੰਕ ਨੂੰ ਆਪਣੇ ਖਾਣ ਦੇ ਨਾਲ ਲੈਣਾ। ਔਰ ਸੋਫਟ ਡਰਿੰਕ 'ਚ ਕੀ ਹੈ, ਐਮਟੀ ਕੈਲੋਰੀਜ਼। ਐਮਟੀ ਕੈਲੋਰੀਜ਼ ਆਪਾਂ ਉਹਨਾਂ ਕੈਲੋਰੀਜ਼ ਨੂੰ ਕਹਿੰਦੇ ਹਾਂ ਜਿਹੜੇ ਸਰੀਰ 'ਚ ਫਾਇਦਾ ਕੋਈ ਨਹੀਂ ਕਰ ਸਕਦੇ, ਲੇਕਿਨ ਫੈਟ 'ਚ ਚੇਂਜ ਹੋ ਕੇ ਬੋਡੀ ਦੇ ਉੱਪਰ ਜਾ ਸਕਦੇ ਨੇ। ਹਾਈ ਸ਼ੂਗਰੀ ਡਾਈਟਸ, ਚੋਕਲੇਟਸ ਐਂਡ ਆਲ, ਮਤਲਬ ਸਾਰਾ ਦਾ ਸਾਰਾ ਸਿਸਟਮ ਜਿਹੜਾ ਵਾ ਆਪਾਂ ਆਪਣਾ ਲਾਈਫ ਸਟਾਈਲ ਦੇ ਕਰਕੇ ਖਰਾਬ ਕਰ ਲਿਆ, ਜਿਹਦੇ ਕਰਕੇ ਅੱਜ ਓਬੈਸਿਟੀ ਛੋਟੇ ਬੱਚੇ ਤੋਂ ਲੈ ਕੇ ਵੱਡੀ ਏਜ ਤੀਕਨ, ਮਿਡਲ ਏਜ ਤੀਕਨ, ਸਭ ਕਿਤੇ ਇੱਕ ਭਿਆਨਕ ਰੋਗ ਬਣ ਗਈ ਹੈ। ਔਰ ਸਿਰਫ ਕੋਸਮੈਟਿਕ ਲੁੱਕਸ ਦੀ ਗੱਲ ਨਹੀਂ, ਦੇਖੋ ਲੋਕ ਜੇਕਰ ਕਦੀ ਓਬੈਸਿਟੀ ਬਾਰੇ ਸੁਚੇਤ ਵੀ ਹੁੰਦੇ ਨੇ ਤਾਂ ਸਿਰਫ ਆਪਣੀ ਲੁੱਕਸ ਕਰਕੇ ਕਿ ਆਪਾਂ ਗੰਦੇ ਲੱਗ ਰਹੇ ਹਾਂ ਦੇਖਣ ਦੇ ਅੰਦਰ, ਜਦਕਿ ਫੈਕਟ ਹੈ ਵੈ ਕਿ ਓਬੈਸਿਟੀ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਖਾਸ ਤੌਰ 'ਤੇ ਹਾਰਟ ਡਿਜ਼ੀਜ਼, ਕੋਲੈਸਟਰੋਲ ਵੱਧ ਜਾਂਦਾ ਵਾ ਲੋਕਾਂ ਦਾ, ਉਸ ਕੋਲੈਸਟਰੋਲ ਕਰਕੇ ਹਾਈ BP ਰਹਿਣ ਲੱਗ ਪੈਂਦਾ ਵਾ, ਕਈ ਤਰ੍ਹਾਂ ਦੀਆਂ ਹਾਰਟ ਪ੍ਰੋਬਲਮਸ ਫੇਸ ਕਰਦੇ ਹਾਂ ਆਪਾਂ ਆਮ ਸੁਣਦੇ ਹਾਂ। ਯੰਗ ਏਜ 'ਚ ਅੱਜ ਲੋਕਾਂ ਨੂੰ ਹਾਰਟ ਅਟੈਕਸ, ਕਾਰਡੀਅਕ ਅਰੈਸਟਸ, ਇਹੋ ਜਿਹੀਆਂ ਪ੍ਰੋਬਲਮਸ ਹੋਣ ਲੱਗ ਗਈਆਂ ਨੇ ਅਤੇ ਕਈ ਤਰ੍ਹਾਂ ਦੀ ਬਿਮਾਰੀਆਂ ਜਿਹੜੀਆਂ ਨੇ ਉਹ ਇਸ ਗੰਦੇ ਲਾਈਫ ਸਟਾਈਲ ਕਰਕੇ ਹੋਈ, ਓਬੈਸਿਟੀ ਕਰਕੇ ਲੋਕਾਂ ਨੂੰ ਅੱਜ ਦੀ ਡੇਟ 'ਚ ਹੋ ਰਹੀਆਂ ਨੇ। ਬਿਲਕੁਲ ਜੀ, ਬਿਲਕੁਲ। ਸੋ ਵਾਕਈ ਤੁਸੀਂ ਸਹੀ ਕਿਹਾ ਕਿ ਲੋਕ ਜੇਕਰ ਥੋੜ੍ਹਾ ਬਹੁਤ ਅਵੇਅਰ ਹੋ ਜਾਂਦੇ ਨੇ, ਉਹਨਾਂ ਨੂੰ ਲੱਗਦਾ ਕਿ ਸਾਡੀ ਲੁੱਕਸ ਅੱਛੀ ਨਹੀਂ ਲੱਗ ਰਹੀ, ਭਾਰ ਵੱਧਦਾ ਜਾ ਰਿਹਾ, ਲੁੱਕਸ ਅੱਛੀਆਂ ਨਹੀਂ ਲੱਗ ਰਹੀਆਂ, ਪਰ ਉਹਦੇ ਪਿੱਛੇ ਜਿਹੜੀਆਂ ਇੰਨੀਆਂ ਜ਼ਿਆਦਾ ਬਿਮਾਰੀਆਂ ਦਾ ਅਸੀਂ ਸ਼ਿਕਾਰ ਹੋ ਜਾਂਦੇ ਹਾਂ ਉਹ ਅਸੀਂ ਭੁੱਲ ਜਾਂਦੇ ਹਾਂ। ਸੋ ਉਹ ਜਦੋਂ ਏਜ ਵਧੇਗੀ ਉਦੋਂ ਸਾਨੂੰ ਪਤਾ ਲੱਗਦਾ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਛੋਟੇ ਛੋਟੇ ਬੱਚੇ, ਕਿਉਂਕਿ ਲਾਈਫ ਸਟਾਈਲ ਇੰਨਾ ਬਿਜ਼ੀ ਕਰ ਲਿਆ, ਪੇਰੈਂਟਸ ਇਹਦੇ ਜ਼ਿਆਦਾ ਬਿਜ਼ੀ ਹੋ ਗਏ ਨੇ ਕਿ ਬੱਚਿਆਂ ਨੂੰ ਚਲੋ ਠੀਕ ਹੈ ਜੰਕ ਫੂਡ ਉਹ ਖਾਂਦੇ ਨੇ, ਖਾਣ ਪੀਣ ਦਾ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਧਿਆਨ ਨਹੀਂ ਰੱਖਿਆ ਜਾਂਦਾ। ਸੋ
ਮੰਨ ਲਓ ਕਿ ਹੁਣ ਚਲੋ ਇੱਕ ਤਾਂ ਹੋ ਜਾਂਦਾ ਐਕਸਰਸਾਈਜ਼ ਕਰ ਲਈ, ਖਾਣ ਪੀਣ ਦਾ ਧਿਆਨ ਰੱਖ ਲਿਆ, ਪਰ ਬਾਈ ਚਾਂਸ ਕੋਈ ਇਨਸਾਨ ਬਹੁਤ ਹੀ ਜ਼ਿਆਦਾ ਸ਼ਿਕਾਰ ਹੋ ਗਿਆ, ਇੰਨਾ ਮੋਟਾਪਾ ਉਹਦਾ ਇੰਨਾ ਜ਼ਿਆਦਾ ਵੱਧ ਚੁੱਕਿਆ ਕਿ ਹੁਣ ਐਕਸਰਸਾਈਜ਼ ਉਹ ਕਰ ਹੀ ਨਹੀਂ ਸਕਦਾ, ਖਾਣ ਪੀਣ 'ਚ ਵੀ ਪ੍ਰੋਬਲਮਸ ਆ ਰਹੀਆਂ ਨੇ, ਸੋ ਕਿਸ ਤਰ੍ਹਾਂ ਉਹਦਾ ਟ੍ਰੀਟਮੈਂਟ ਕਿਸ ਤਰ੍ਹਾਂ ਹੋ ਸਕਦਾ? ਬਿਲਕੁਲ ਜੀ, ਦੇਖੋ ਸਭ ਤੋਂ ਪਹਿਲੇ ਜਦੋਂ ਆਪਾਂ ਟ੍ਰੀਟਮੈਂਟ ਵੱਲ ਵਧਣਾ ਓਬੈਸਿਟੀ ਦਾ ਤਾਂ ਕਾਰਨ ਜਾਣਨ ਦੀ ਬਹੁਤ ਜ਼ਰੂਰਤ ਹੈ। ਮੈਡੀਕਲ ਰੀਜ਼ਨਸ, ਆਪਾਂ ਆਯੁਰਵੇਦ ਦੇ ਹਿਸਾਬ ਨਾਲ ਚੱਲੀਏ ਜਾਂ ਐਲੋਪੈਥੀ ਦੇ ਹਿਸਾਬ ਨਾਲ ਚੱਲੀਏ, ਜਿਹੜੀ ਜੜ ਹੈ ਉਹ ਆਪਾਂ ਹੁਣੇ ਡਿਸਕਸ ਕਰ ਲਈ। ਹੁਣ ਉਸ ਜੜ ਰੀਜ਼ਨਸ ਦੇ ਕਰਕੇ ਕੀ ਹੁੰਦਾ, ਬੇਸਿਕ ਰੀਜ਼ਨਸ ਕਰਕੇ ਜਿਹੜਾ ਆਪਾਂ ਲਾਈਫ ਸਟਾਈਲ ਖਰਾਬ ਕਰਦੇ ਹਾਂ, ਅਗਰ ਆਪਾਂ ਐਲੋਪੈਥੀ ਦੇ ਹਿਸਾਬ ਨਾਲ ਚੱਲੀਏ ਤਾਂ ਸਾਡਾ ਬੇਸਲ ਮੈਟਾਬੋਲਿਕ ਰੇਟ ਘਟਣਾ ਸ਼ੁਰੂ ਹੋ ਜਾਂਦਾ ਵਾ। ਬੇਸਲ ਮੈਟਾਬੋਲਿਕ ਰੇਟ ਮਤਲਬ ਕਿ ਹਰ ਸੈਕਿੰਡ ਸਾਡੀ ਬੋਡੀ ਕਿੰਨੀ ਐਨਰਜੀ ਯੂਜ਼ ਕਰ ਰਹੀ ਹੈ। ਔਰ ਅਗਰ ਆਯੁਰਵੇਦ ਦੇ ਹਿਸਾਬ ਦੇ ਨਾਲ ਚੱਲੀਏ ਤਾਂ ਆਯੁਰਵੇਦ ਸਾਡੇ ਸਰੀਰ ਨੂੰ 7 ਧਾਤੂਆਂ ਦੀ ਬਣੀ ਹੋਈ ਮੰਨਦਾ ਵਾ, ਰਸ, ਰਕਤ, ਮਾਸ, ਮੇਦ, ਅਸਥੀ, ਮੱਜਾ ਅਤੇ ਸ਼ੁਕਰ। 7 ਧਾਤੂਆਂ ਆਯੁਰਵੇਦ ਮੰਨਦਾ ਸਾਡਾ ਸਰੀਰ ਇਹਨਾਂ 7 ਧਾਤੂਆਂ ਦਾ ਬਣਦਾ ਵਾ। ਔਰ ਇੱਕ ਬੜੀ ਵਧੀਆ ਸ਼ਲੋਕ ਦੇ ਨਾਲ ਇਹਨਾਂ ਧਾਤੂਆਂ ਦੇ ਪੋਸ਼ਣ ਦੇ ਬਾਰੇ 'ਚ ਦੱਸਿਆ ਗਿਆ ਵਾ ਕਿ ਰਸਾਤ ਰਕਤੋ ਤੋ ਮਾਸਮ ਮਾਸਾਨ ਮੇਦ ਅਸਥੀ 'ਚ, ਅਸਥੀ ਨੂੰ ਮੱਜਾ ਤੋ ਸ਼ੁਕਰਮ ਸ਼ੁਕਰਾਦ ਗਰਭ ਪ੍ਰਜਾਏ 'ਤੇ। ਤੁਹਾਡੇ ਵਾਸਤੇ ਮੁਸ਼ਕਿਲ ਹੋਏਗਾ ਇਹਨੂੰ ਸਮਝਣਾ, ਬਟ ਬੇਸਿਕਲੀ ਇਹਦਾ ਮਤਲਬ ਕੀ ਹੈ ਕਿ ਜਦੋਂ ਆਪਾਂ ਖਾਣਾ ਖਾਂਦੇ ਹਾਂ ਉਸ ਖਾਣੇ ਤੋਂ ਰਸ ਬਣਦਾ ਵਾ, ਉਸ ਰਸ ਦੇ ਨਾਲ ਅੱਗੇ ਰਕਤ, ਰਕਤ ਤੋਂ ਮਾਸ, ਮਾਸ ਤੋਂ ਮੇਦ, ਮੇਦ ਤੋਂ ਅਸਥੀ, ਅਸਥੀ ਤੋਂ ਮੱਜਾ ਅਤੇ ਮੱਜਾ ਤੋਂ ਸ਼ੁਕਰ, ਇਸ ਤਰ੍ਹਾਂ ਸਾਰੀ ਧਾਤੂਆਂ ਦਾ ਪੋਸ਼ਣ ਹੁੰਦਾ ਵਾ। ਇਹਦੇ 'ਚੋਂ ਜਿਹੜੀ ਮੇਦ ਧਾਤੂ ਹੈ ਉਹ ਜਿਹੜੀ ਹੈ ਸਾਡਾ ਸਬਕੁਟੇਨੀਅਸ ਬੋਡੀ ਫੈਟ ਹੈ। ਹੁਣ ਹੁੰਦਾ ਹੈ ਵਾ ਜਦੋਂ ਸਾਡਾ ਫੋਲਟੀ ਲਾਈਫ ਸਟਾਈਲ ਹੋ ਜਾਂਦਾ ਵਾ ਅਤੇ ਜਿਹੜੀਆਂ ਧਾਤੂਆਂ ਇੱਕ ਦੂਜੇ ਨੂੰ ਨਿਊਟ੍ਰੀਸ਼ਨ ਦੇ ਰਹੀਆਂ ਨੇ, ਇਹਨਾਂ ਨੂੰ ਕਨੈਕਟ ਕਰਨ ਵਾਲੇ ਮਾਈਕਰੋ ਚੈਨਲਸ ਬਲੌਕ ਹੋ ਜਾਂਦੇ ਨੇ, ਉਹਨਾਂ ਮਾਈਕਰੋ ਚੈਨਲਸ ਨੂੰ ਆਯੁਰਵੇਦ 'ਚ ਸਰੋਤਸ ਕਿਹਾ ਜਾਂਦਾ ਵਾ। ਜਦੋਂ ਮੇਦ ਧਾਤੂ ਤੋਂ ਬਾਅਦ ਵਾਲੇ ਸਰੋਤਸ ਬਲੌਕ ਹੋ ਜਾਂਦੇ ਨੇ, ਹੁਣ ਬੰਦਾ ਚਾਹੇ ਕੁਛ ਵੀ ਖਾਏ ਉਹ ਸਾਰਾ ਖਾਧਾ ਪੀਤਾ ਉਹਦੇ ਸਰੀਰ ਨੂੰ ਲੱਗਣ ਲੱਗ ਪੈਂਦਾ, ਉਹਦਾ ਵੇਟ ਵਧਣ ਲੱਗ ਪੈਂਦਾ ਵਾ। ਇਹ ਉਹ ਸਟੇਜ ਹੈ ਜਿਹਦੇ 'ਤੇ ਜਾ ਕੇ ਜਿਹੜੇ ਪੇਸ਼ੈਂਟਸ ਨੇ ਉਹ ਡਾਕਟਰ ਕੋਲ ਕਹਿੰਦੇ ਨੇ ਮੈਂ ਤਾਂ ਦੇਖੋ ਜੀ ਇੱਕ ਰੋਟੀ ਖਾਂਦੀ ਹਾਂ ਫਿਰ ਵੀ ਮੇਰਾ ਭਾਰ ਵਧੀ ਜਾਂਦਾ ਵਾ, ਜਦਕਿ ਲੋਕ 4-4 ਫੁਲਕੇ ਖਾਂਦੇ ਨੇ, ਮੈਂ ਕੋਈ ਫੈਟ ਵਾਲੀ ਡਾਈਟ ਨਹੀਂ ਲੈ ਰਹੀ ਫਿਰ ਵੀ ਮੇਰਾ ਵੇਟ ਵੱਧ ਰਿਹਾ ਵਾ। ਉਹਦਾ ਰੀਜ਼ਨ ਹੀ ਹੈ ਵਾ ਕਿ ਉਹਦਾ ਸਰੋਤਾ ਵਿਰੋਧ ਹੋ ਚੁੱਕਾ ਵਾ। ਜਦੋਂ ਸਰੋਤਾ ਵਿਰੋਧ ਹੋ ਗਿਆ ਵਾ, ਹੁਣ ਇੱਕ ਤਰੀਕਾ ਤਾਂ ਹੈ ਵਾ ਜਿਹੜਾ ਕਿ ਕਾਮਨ ਡਾਕਟਰਸ ਫੋਲੋ ਕਰਦੇ ਨੇ, ਡਾਇਓਰੈਸਿਸ, ਕਿਉਂਕਿ ਸਾਡੀ ਬੋਡੀ 2/3 ਵਾਟਰ ਦੀ ਬਣੀ ਹੈ। ਐਸੀਆਂ ਬਹੁਤ ਨੁਕਸਾਨ ਕਰਨ ਵਾਲੀਆਂ ਦਵਾਈਆਂ ਨੇ ਜਿਹੜੀਆਂ ਕਿ ਅਗਰ ਖਵਾਈਆਂ ਜਾਣ ਤਾਂ ਬੋਡੀ 'ਚੋਂ ਯੂਰਿਨ ਜ਼ਿਆਦਾ ਆਏਗਾ, ਉਹ ਵਾਟਰ ਬੋਡੀ 'ਚੋਂ ਨਿਕਲ ਜਾਏਗਾ ਅਤੇ ਟੈਂਪਰੇਰੀ ਜਿਹੜਾ ਬੰਦਾ ਵਾ ਉਹਦਾ ਵੇਟ ਘੱਟ ਜਾਏਗਾ। ਐਲੋਪੈਥੀ ਦੀ ਵੀ ਗੱਲ ਕਰੀਏ ਤਾਂ ਐਮਫੀਟਾਮੀਨਸ ਆਉਂਦੀਆਂ ਨੇ ਇਹਦੇ 'ਚ, ਐਮਫੀਟਾਮੀਨਸ ਉਹ ਦਵਾਈਆਂ ਨੇ ਜਿਹਦੇ ਨਾਲ ਬੰਦੇ ਦੀ ਭੁੱਖ ਘੱਟ ਜਾਂਦੀ ਹੈ, ਬਟ ਮਕਸਦ ਭੁੱਖ ਘਟਾਉਣਾ ਥੋੜ੍ਹਾ ਨਾ ਜੀ, ਕਿਉਂਕਿ ਨਿਊਟ੍ਰੀਸ਼ਨ ਵੀ ਬਹੁਤ ਜ਼ਰੂਰੀ ਹੈ। ਅਗਰ ਬੰਦਾ ਖਾਏਗਾ ਹੀ ਨਹੀਂ ਤਾਂ ਬੋਡੀ 'ਚ ਜਿਹੜੀ ਪ੍ਰੋਟੀਨ ਦੀ ਰਿਕੁਆਇਰਮੈਂਟ ਹੈ, ਵਿਟਾਮਿਨਸ ਦੀ ਰਿਕੁਆਇਰਮੈਂਟ ਹੈ, ਫੈਟਸ ਦੀ ਰਿਕੁਆਇਰਮੈਂਟ ਹੈ, ਉਹ ਕਿੱਥੋਂ ਮੀਟ ਕਰੇਗਾ? ਇਸ ਕਰਕੇ ਇਸ ਰੋਗ ਦਾ ਜਿਹੜਾ ਮੂਲ ਇਲਾਜ ਹੈ ਬੇਸਿਕ, ਉਹ ਘੱਟ ਖਾਣਾ ਨਹੀਂ ਹੈ, ਉਹ ਹੈ ਉਸ ਸਰੋਤਾ ਵਿਰੋਧ ਨੂੰ ਦੂਰ ਕਰਨਾ। ਮਾਈਕਰੋ ਚੈਨਲਸ ਜਿਹੜੇ ਕਿ ਬਲੌਕ ਹੋ ਚੁੱਕੇ ਨੇ, ਉਹਨਾਂ ਮਾਈਕਰੋ ਚੈਨਲਸ ਨੂੰ ਦੁਬਾਰਾ ਤੋਂ ਅਨਬਲੌਕ ਕਰਨਾ, ਕਿਉਂਕਿ ਅਗਰ ਉਹਨਾਂ ਮਾਈਕਰੋ ਚੈਨਲਸ ਨੂੰ ਸਾਫ਼ ਕਰ ਦਿੱਤਾ ਜਾਂਦਾ ਵੈ ਮਾਈਕਰੋ ਚੈਨਲ ਪਿਓਰੀਫਾਈਂਗ ਹਰਬਸ ਐਂਡ ਲਾਈਫ ਸਟਾਈਲ ਦੇ ਨਾਲ, ਜਿਹਨੂੰ ਕਿ ਆਪਾਂ ਕਹਿੰਦੇ ਹਾਂ ਸਰੋਤਾ ਵਿਰੋਧ ਦੂਰ ਕਰਨ ਲਈ ਆਹਾਰ ਅਤੇ ਵਿਹਾਰ, ਅਤੇ ਉਹਦੇ ਨਾਲ ਇਹ ਫਾਇਦਾ ਹੋ ਜਾਂਦਾ ਵੈ ਕਿ ਹੁਣ ਬੰਦਾ ਭਾਵੇਂ ਜੋ ਮਰਜ਼ੀ ਖਾਏ ਉਹਦਾ ਵੇਟ ਨਹੀਂ ਵੱਧਦਾ ਜੀ। ਸੋ ਬਿਲਕੁਲ ਜੀ, ਵਾਕਈ ਸਹੀ ਗੱਲ ਕਹੀ ਹੈ ਕਿ ਕਈ ਵਾਰ ਹੁੰਦਾ ਕਿ ਕੋਈ ਲੋਕ ਜਿੰਨਾ ਮਰਜ਼ੀ ਖਾਈ ਜਾਣ ਉਹਨਾਂ ਨੂੰ ਲੱਗਦਾ ਹੀ ਨਹੀਂ ਹੈਗਾ, ਤਾਂ ਵੀ ਉਹ ਸਲਿਮ ਰਹਿੰਦੇ ਨੇ। ਦੂਜੇ ਪਾਸੇ ਕੁਛ ਲੋਕ ਨੇ, ਬਹੁਤ ਲੋਕ ਇਹਨਾਂ ਸ਼ਿਕਾਇਤ ਕਰਦੇ ਹੋਣਗੇ ਕਿ ਵਾਕਈ ਮੈਂ ਤਾਂ ਇੱਕ ਰੋਟੀ ਖਾਣਾ, ਮੈਨੂੰ ਫਰਕ ਹੀ ਨਹੀਂ ਪੈਂਦਾ, ਤਾਂ ਵੀ ਮੇਰਾ ਵੇਟ ਕਿਤੇ ਨਾ ਕਿਤੇ ਵੱਧਦਾ ਜਾ ਰਿਹਾ। ਉਹਦੇ ਨਾਲ ਕੀ ਹੁੰਦਾ, ਕਈ ਵਾਰੀ ਉਹ ਵਾਕਈ ਐਲੋਪੈਥਿਕ ਦਵਾਈਆਂ ਵੱਲ ਵੀ ਜਾਣਾ ਸ਼ੁਰੂ ਹੋ ਜਾਂਦੇ ਨੇ, ਸੋ ਕਈ ਵਾਰ ਤਾਂ ਫਰਕ ਹੀ ਨਹੀਂ ਪੈਂਦਾ ਹੈਗਾ ਉਹਨਾਂ ਦੇ ਨਾਲ, ਅਤੇ ਜੇਕਰ ਫਰਕ, ਕਈ ਵਾਰ ਇਹ ਵੀ ਰੀਜ਼ਨ ਹੋ ਜਾਂਦਾ ਕਿ ਫਰਕ ਪੈ ਗਿਆ ਪਰ ਜਿੱਦਾਂ ਹੀ ਦਵਾਈਆਂ ਉਹਨਾਂ ਨੇ ਬੰਦ ਕੀਤੀਆਂ ਦੁਬਾਰਾ ਪ੍ਰੋਬਲਮ ਆਉਣੀ ਜਿਹੜੀ ਆ ਉਹ ਸ਼ੁਰੂ ਹੋ ਗਈ। ਸੋ ਸਰ, ਜਿਵੇਂ ਕਿ ਰੀਜ਼ਨ ਤੁਸੀਂ ਦੱਸ ਦਿੱਤੇ ਨੇ ਕਿ ਕੀ ਕਾਰਨ ਹੁੰਦਾ ਹੈ ਕਿ ਤੁਸੀਂ ਖਾਂਦੇ ਵੀ ਇੰਨਾ ਨਹੀਂ ਹੋ ਤਾਂ ਵੀ ਮੋਟਾਪਾ ਤੁਹਾਡਾ ਵੱਧਦਾ ਜਾ ਰਿਹਾ, ਭਾਰ ਲਗਾਤਾਰ ਵੱਧਦਾ ਜਾ ਰਿਹਾ, ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹੋ, ਐਲੋਪੈਥਿਕ ਦਵਾਈਆਂ ਵੀ ਲੈ ਲਈਆਂ, ਫਰਕ ਤੁਹਾਨੂੰ ਕੁਛ ਨਹੀਂ ਪੈ ਰਿਹਾ, ਸੋ ਹੁਣ ਤੁਸੀਂ ਦੱਸੋ ਕਿ ਨਿਰੋਗਮ ਕੋਲ ਜਦੋਂ ਆਉਂਦਾ ਆ ਪੇਸ਼ੈਂਟ ਤਾਂ ਕਿਸ ਤਰ੍ਹਾਂ ਵੀ ਮਤਲਬ ਕਿ ਉਹ ਇਸ ਪ੍ਰੋਬਲਮ ਤੋਂ ਜੋ ਹੈ ਨਿਜਾਤ ਹਾਸਿਲ ਕਰ ਸਕਦਾ? ਦੇਖੋ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਆਪਾਂ ਸਰੋਤਾ ਵਿਰੋਧ ਨੂੰ ਦੂਰ ਕਰਨਾ ਵਾ, ਮਾਈਕਰੋ ਚੈਨਲਸ ਪਿਓਰੀਫਾਈ ਕਰਨੇ ਨੇ, ਉਹਦੇ ਵਾਸਤੇ ਆਪਾਂ ਇੱਕ ਕਾਮਨ ਕੰਬੀਨੇਸ਼ਨ ਬਣਾਇਆ ਵਾ, ਮਤਲਬ ਇਟਸ ਬੇਸਿਕਲੀ ਅ ਡੀਕੋਕਸ਼ਨ,
ਉਹ ਇੱਕ ਕਾੜਾ ਹੈ ਜਿਹਨੂੰ ਆਪਾਂ ਕੰਡੈਂਸ ਕਰਕੇ ਡਿਸਪਰਸੀਬਲ ਟੇਬਲੇਟ ਬਣਾ ਦਿੱਤੀਆਂ ਹੋਈਆਂ ਨੇ, ਕਿਉਂਕਿ ਅੱਜ ਦੀ ਡੇਟ 'ਚ ਅਗਰ ਮੈਂ ਕਿਸੇ ਨੂੰ ਕਹਾਂ ਕਿ ਤੁਸੀਂ ਆਪਣੇ ਵਾਸਤੇ ਪਹਿਲੇ ਪਾਊਡਰ 'ਚ ਇਕੱਠੇ ਕਰੋ ਫਿਰ ਕਾੜਾ ਬਣਾਓ, ਅੱਜ ਦੀ ਡੇਟ 'ਚ 2 ਮਿੰਟ ਵਾਲੀ ਚੀਜ਼ਾਂ ਦਾ ਜ਼ਮਾਨਾ ਹੈ। ਇਸ ਕਰਕੇ ਆਪਾਂ ਕੰਡੈਂਸ ਕਰਕੇ ਉਹਨੂੰ ਟੇਬਲੇਟਡ ਫਾਰਮ 'ਚ ਕਰਤਾ, ਉਹ ਕਾੜਾ ਗਰਮ ਪਾਣੀ 'ਚ ਪਾ ਕੇ ਪੀਣਾ ਹੁੰਦਾ ਵਾ। ਟੇਬਲੇਟਸ ਇਸ ਰਾਹੀਂ ਆਪਾਂ ਗਰਮ ਪਾਣੀ 'ਚ ਪਾਉਂਦੇ ਹਾਂ, ਉਹ ਡਿਸਪਰਸੀਬਲ ਟੇਬਲੇਟਸ ਨੇ, ਇਮੀਡੀਏਟਲੀ ਡਿਸੋਲਵ ਹੋ ਜਾਂਦੀਆਂ ਨੇ। ਉਹਦੇ 'ਚੋਂ ਕੰਬੀਨੇਸ਼ਨਸ ਨੇ ਜਿਹੜੇ ਉਹ ਨਾ ਮਾਈਕਰੋ ਚੈਨਲਸ ਨੂੰ ਖੋਲਦੇ ਨੇ ਐਂਡ ਵਿਦਆਊਟ ਐਨੀ ਸਾਈਡ ਇਫੈਕਟਸ ਬੰਦੇ ਦਾ ਵੇਟ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ। ਅਗਰ ਉਹ ਆਪਣੇ ਕੋਈ ਟੈਸਟ ਕਰਵਾਉਂਦਾ ਵੈਸੇ ਨਾਲ ਲਿਵਰ ਪ੍ਰੋਫਾਈਲ ਟੈਸਟ SGOT PT ਵਗੈਰਾ ਜਾਂ ਕਿਡਨੀ ਪ੍ਰੋਫਾਈਲ ਟੈਸਟ, ਉਹ ਬੈਟਰ ਹੁੰਦੇ ਨੇ ਪਹਿਲੇ ਨਾਲੋਂ। ਬੰਦੇ ਦੀ ਐਨਰਜੀ ਲੈਵਲਸ ਵੱਧਦੇ ਨੇ ਕਿਉਂਕਿ ਉਹਦਾ ਜਿਹੜਾ ਬੇਸ ਆਪਾਂ ਰੱਖਿਆ ਹੋਇਆ ਉਹ ਤ੍ਰਿਫਲਾ ਰੱਖਿਆ ਹੋਇਆ। ਆਯੁਰਵੇਦ 'ਚ ਸਭ ਤੋਂ ਵਧੀਆ ਰਸਾਇਣ ਤ੍ਰਿਫਲਾ ਮੰਨਿਆ ਗਿਆ ਵਾ। ਇਹ ਮੰਨਿਆ ਜਾਂਦਾ ਅਗਰ ਇੱਕ ਵਿਅਕਤੀ ਨਿਰੰਤਰ ਤ੍ਰਿਫਲਾ ਦਾ ਸੇਵਨ ਕਰਦਾ ਵਾ ਬਹੁਤ ਸਾਰੀ ਬਿਮਾਰੀਆਂ ਤੋਂ ਬਚ ਸਕਦਾ ਵਾ। ਤ੍ਰਿਫਲਾ ਦੇ ਕਾੜੇ ਦਾ ਬੇਸ ਰੱਖ ਕੇ ਆਪਾਂ ਕੁਝ ਹੋਰ ਕੰਬੀਨੇਸ਼ਨਸ ਇਹਦੇ 'ਚ ਪਾਏ ਨੇ ਜਿਹਦੇ ਨਾਲ ਕਿ ਜਿਹੜੇ ਮਾਈਕਰੋ ਚੈਨਲਸ ਨੇ ਉਹ ਪਿਓਰੀਫਾਈਡ ਰਹਿਣ ਅਤੇ ਵਿਅਕਤੀ ਬਿਨਾਂ ਸਾਈਡ ਇਫੈਕਟਸ ਤੋਂ ਵੇਟ ਲੋਸ ਕਰ ਸਕੇ। ਇਹਦਾ ਨਾਮ ਆਪਾਂ ਨਿਰੋਗਮ DT ਰੱਖਿਆ ਕਿਉਂਕਿ ਡਿਸਪਰਸੀਬਲ ਟੇਬਲੇਟ ਹੈ ਨਿਰੋਗਮ DT। ਇਹਦਾ ਇਸਤੇਮਾਲ ਜਿਹੜਾ ਵਿਅਕਤੀ ਕਰ ਸਕਦਾ ਵਾ। ਇਹ ਤਾਂ ਹੋਗੀ ਦਵਾਈ ਦੀ ਗੱਲ। ਦੂਸਰੀ ਚੀਜ਼ ਜਿਹੜੀ ਕਾਮਨ ਹਰ ਘਰ 'ਚ ਅਵੇਲੇਬਲ ਹੈ, ਦੈਟ ਇਜ਼ ਬੇਕਿੰਗ ਪਾਊਡਰ, ਮਿੱਠਾ ਸੋਡਾ, ਜਿਹਨੂੰ ਕਿ ਆਪਾਂ ਅੱਗੇ ਆਪਣੀ ਡਾਇਟ 'ਚ ਲੈਂਦੇ ਹੁੰਦੇ ਸੀ। ਫਿਰ ਇੱਕ ਸਟੇਜ ਅਸੀਂ ਆਈ ਜਦੋਂ ਐਲੋਪੈਥੀ 'ਚ ਕਹਿਣਾ ਲੱਗ ਪਏ ਸਾਰੇ ਕਿ ਬੇਕਿੰਗ ਪਾਊਡਰ ਬਹੁਤ ਗੰਦਾ ਵਾ। ਅੱਜ ਫਿਰ ਦੁਬਾਰਾ ਤੋਂ ਚਾਹੇ ਉਹ ਕਿਡਨੀ ਪੇਸ਼ੈਂਟਸ ਨੇ ਚਾਹੇ ਉਹ ਐਸਿਡਿਟੀ ਦੇ ਪੇਸ਼ੈਂਟ ਨੇ, ਕੁਛ ਹੱਦ ਤੱਕ ਲਿਮਿਟਿਡ ਡੋਜ਼ ਅੰਦਰ ਬੇਕਿੰਗ ਪਾਊਡਰ ਉਹਨਾਂ ਨੂੰ ਐਲੋਪੈਥੀ 'ਚ ਵੀ ਗਾਈਡ ਕੀਤਾ ਜਾਂਦਾ ਕਿ ਲਿੱਤੇ ਜਾਣ। ਆਯੁਰਵੇਦ 'ਚ ਬੇਕਿੰਗ ਪਾਊਡਰ ਨੂੰ ਸ਼ਵੇਤ ਕਸ਼ਾਰ ਕਿਹਾ ਗਿਆ ਵਾ। ਅਗਰ ਆਪਾਂ ਇੱਕ ਪਿੰਚ ਇਹਦੀ ਆਪਣੀ ਡਾਇਟ 'ਚ ਸ਼ੁਰੂ ਕਰਦੇ ਹਾਂ ਤਾਂ ਉਹ ਬਹੁਤ ਫਾਇਦਾ ਕਰਦੀ ਹੈ ਸਾਡੇ ਵੇਟ ਨੂੰ ਕੰਟਰੋਲ ਕਰਨ 'ਚ। ਥਰਡ ਚੀਜ਼ ਜਿਹੜੀ ਕਿ ਮੈਂ ਰੂਟੀਨ 'ਚ ਕਰਨਾ, ਸਾਡੀ ਕਿਚਨ 'ਚ ਹੀ ਅਵੇਲੇਬਲ ਹੈ, ਦੈਟ ਇਜ਼ ਡਰਾਈ ਜਿੰਜਰ ਪਾਊਡਰ। ਡਰਾਈ ਜਿੰਜਰ ਪਾਊਡਰ ਅਗਰ ਆਪਾਂ 3 ਤੋਂ 4 ਪਿੰਚ ਗਰਮ ਪਾਣੀ 'ਚ ਲੈਂਦੇ ਹਾਂ, ਆਪਣੇ ਆਪ 'ਚ ਇੱਕ ਬਹੁਤ ਵਧੀਆ ਚੀਜ਼ ਹੈ ਵੇਟ ਕੰਟਰੋਲ ਕਰਨ 'ਚ। ਔਰ ਅਗਰ ਵੇਟ ਖਾਸ ਤੌਰ 'ਤੇ ਸਾਡੇ ਸੈਂਟਰ ਆਫ ਬੋਡੀ 'ਚ ਵੱਧ ਰਿਹਾ ਹੈ, ਜਿਹਨੂੰ ਆਪਾਂ ਸੈਂਟਰੀਪਲੇਟ ਓਬੈਸਿਟੀ ਕਹਿੰਦੇ ਹਾਂ, ਉਹਦੇ ਵਾਸਤੇ ਅਜਵਾਇਨ। ਲੋਕ ਪਿੱਠ ਜਦੋਂ ਪੇਟ ਦੀ ਦਰਦ ਹੁੰਦੀ ਹੈ ਨਾ ਉਦੋਂ ਅਜਵਾਇਨ ਲੈਂਦੇ ਨੇ ਕਿ ਪੇਟ ਦਰਦ ਹੋ ਗਈ ਹੈ ਜੀ, ਇਹਨੂੰ ਗਰਮ ਪਾਣੀ ਨਾਲ ਅਜਵਾਇਨ ਖਿਲਾ ਦਿਓ। ਲੇਕਿਨ ਉਹਦਾ ਕਾਰਨ ਇਹ ਹੈ ਕਿ ਅਜਵਾਇਨ ਦਾ ਪੇਟ ਦੇ ਆਸ ਪਾਸ ਬਹੁਤ ਮੇਜਰ ਰੋਲ ਹੈ। ਅਗਰ ਉਹੀ ਅਜਵਾਇਨ ਰੂਟੀਨ 'ਚ ਯੂਜ਼ ਕੀਤੀ ਜਾਏ ਗਰਮ ਪਾਣੀ ਨਾਲ, ਤਾਂ ਉਹ ਪੇਟ ਨੂੰ ਕਦੀ ਵਧਣ ਨਹੀਂ ਦੇਵੇਗੀ। ਇਹ ਨੇ ਜਿਹੜੀਆਂ ਘਰ ਬੈਠੀਆਂ ਚੀਜ਼ਾਂ ਆਪਾਂ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਦੋਂ ਓਬੈਸਿਟੀ ਬਹੁਤ ਵਧੀ ਹੋਏ, ਲੋਕਾਂ ਦਾ ਵੇਟ ਬਹੁਤ ਵੱਧ ਜਾਏ, ਬਹੁਤ ਸਾਰੇ ਲੋਕ ਉਦੋਂ ਸਾਡੇ ਕੋਲ ਰਹਿ ਕੇ ਇਲਾਜ ਕਰਵਾਉਂਦੇ ਨੇ, ਜਿਹਦੇ ਅੰਦਰ ਆਪਾਂ ਆਯੁਰਵੇਦ 'ਚ ਜਿਹੜੀਆਂ ਥੈਰੇਪੀਜ਼ ਨੇ ਉਹਦੇ 'ਚ ਇੱਕ ਉਦਵਰਤਨ ਥੈਰੇਪੀ ਆ ਜਾਂਦੀ ਹੈ, ਜਿਸ 'ਚ ਆਪਾਂ ਖਾਸ ਤਰ੍ਹਾਂ ਦੇ ਪਾਊਡਰਸ ਦੇ ਨਾਲ ਬੋਡੀ ਦੀ ਮਸਾਜਿੰਗ ਕਰਵਾਉਂਦੇ ਹਾਂ। ਫਿਰ ਕੁਝ ਖਾਸ ਤਰ੍ਹਾਂ ਦੇ ਕਾੜੀਆਂ ਦੀਆਂ ਭਾਫਾਂ ਨੇ ਜਿਹੜੀਆਂ ਆਪਾਂ ਕਰਵਾਉਂਦੇ ਹਾਂ, ਕੁਝ ਲਾਈਫ ਸਟਾਈਲ ਯੋਗਾ ਮੈਡੀਟੇਸ਼ਨ ਐਂਡ ਪ੍ਰਾਣਾਯਾਮਸ ਆਪਾਂ ਕਰਵਾਉਂਦੇ ਹਾਂ। ਡਾਇਟ ਸਾਡੀ ਨੈਚੁਰੋਪੈਥਿਕ ਡਾਇਟ ਹੁੰਦੀ ਹੈ, ਉਹਦੇ 'ਚ ਆਪਾਂ ਪੇਸ਼ੈਂਟਸ ਨੂੰ ਆਪਣੇ ਕੋਲ ਰੱਖ ਕੇ ਉਹਨਾਂ ਦੀ ਲਾਈਫ ਚੇਂਜ ਕਰਕੇ ਵੇਟ ਲੋਸ ਕਰਵਾ ਕੇ ਫਿਰ ਆਪਾਂ ਉਹਨਾਂ ਨੂੰ ਭੇਜਦੇ ਹਾਂ। ਇਸ ਕਰਕੇ ਬੰਦਾ ਦੋਨੋਂ ਤਰੀਕੇ ਦੇ ਨਾਲ ਆਪਣਾ ਵੇਟ ਕੰਟਰੋਲ ਕਰ ਸਕਦਾ ਵਾ, ਆਪਣੇ ਘਰ ਬੈਠੇ ਵੀ ਅਤੇ ਸਾਡੇ ਕੋਲ ਸਟੇ ਕਰਕੇ ਵੀ। ਜੀ ਬਿਲਕੁਲ ਜੀ, ਇਹ ਜੋ ਛੋਟੇ ਛੋਟੇ ਟਿਪਸ ਨੇ ਆਈ ਹੋਪ ਤੁਸੀਂ ਨੋਟ ਕਰ ਲਏ ਹੋਣਗੇ। ਬਾਕੀ ਜੋ ਨਿਰੋਗਮ DT ਦੀ ਤੁਸੀਂ ਗੱਲ ਕੀਤੀ, ਟੈਬਲੇਟਸ ਦੀ ਗੱਲ ਕੀਤੀ ਹੈ, ਸੋ ਉਹ ਕਿੱਦਾਂ, ਕਿਉਂਕਿ ਆਡੀਅੰਸ ਸਾਡੀ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਬੈਠੀ ਹੈ, ਅਤੇ ਉਹਨਾਂ ਤੱਕ ਕਿੱਦਾਂ ਪਹੁੰਚਾਈ ਜਾ ਸਕਦੀ ਹੈ? ਦੇਖੋ, ਜਿਹੜੀ ਸਾਡੀ US ਵਾਲੀ ਆਡੀਅੰਸ ਹੈ ਉਹ ਡਾਇਰੈਕਟਲੀ US ਤੋਂ ਨਿਰੋਗਮ DT ਲੈ ਸਕਦੀ ਹੈ, ਸਾਡੇ ਸਾਰੇ US ਸੈਂਟਰਸ 'ਚ ਅਵੇਲੇਬਲ ਹੈ। ਔਰ ਬਾਕੀ ਕਿਉਂਕਿ ਆਪਾਂ ਇੰਟਰਨੈਸ਼ਨਲ ਲਾਜ਼ ਦੇ ਨਾਲ ਕੰਪਲਾਈਂਸ ਰੱਖੀ ਹੈ, ਸਾਰੀ ਮੇਜਰ ਕੰਟਰੀਜ਼ ਅੰਦਰ ਆਪਾਂ ਜਿਹੜਾ ਵਾ US ਤੋਂ ਅਤੇ ਇੰਡੀਆ ਤੋਂ ਸ਼ਿਪ ਕਰਦੇ ਹਾਂ। ਇਸ ਕਰਕੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ। ਜਿਹੜੇ ਸਾਡੇ ਹੈਲਪਲਾਈਨ ਨੰਬਰਸ ਨੇ ਇਹਦੇ ਉੱਪਰ ਡਾਇਰੈਕਟਲੀ ਕਾਲ ਕਰਕੇ ਜਿਹੜਾ ਪੇਸ਼ੈਂਟ ਹੈ ਆਰਡਰ ਕਰ ਸਕਦਾ ਹੈ, ਉਹ ਉਹਨੂੰ ਉੱਥੇ ਡਿਲੀਵਰ ਕਰਤੀ ਜਾਂਦੀ ਹੈ। ਜੀ ਬਿਲਕੁਲ ਜੀ, ਸੋ ਨੰਬਰ ਲਗਾਤਾਰ TV ਸਕਰੀਨ ਤੇ ਫਲੈਸ਼ ਹੋ ਰਹੇ ਨੇ, ਨਿਰੋਗਮ DT ਜੇਕਰ ਤੁਸੀਂ ਘਰ ਬੈਠੇ ਮੰਗਵਾਉਣੀਆਂ ਹੈਗੀਆਂ ਤੇ ਇਹਨਾਂ ਨੰਬਰ ਤੇ ਕਾਲ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ, ਘਰ ਹੀ ਤੁਹਾਡੇ ਕੋਲ ਪਹੁੰਚ ਜਾਣਗੇ। ਬਾਕੀ USA ਦੇ ਵਿੱਚ ਅਲੱਗ ਅਲੱਗ ਸਿਟੀਜ਼ ਦੇ ਵਿੱਚ ਜਿਵੇਂ ਕਿ ਕੈਲੀਫੋਰਨੀਆ, ਐਰੀਜ਼ੋਨਾ, ਨਿਊਯਾਰਕ, ਸੀਐਟਲ, ਮਿਸ਼ੀਗਨ, ਇਹਨਾਂ ਜਗ੍ਹਾ ਤੇ ਸੈਂਟਰਸ ਨੇ, ਇਹਨਾਂ ਸੈਂਟਰਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬਾਕੀ ਕੋਈ ਵੀ ਪ੍ਰੋਬਲਮ ਹੈਗੀ ਹੈ, ਚਾਹੇ ਅੱਜ ਅਸੀਂ ਮੋਟਾਪੇ ਦੀ ਗੱਲ ਕਰ ਰਹੇ ਹਾਂ, ਪਰ ਹੋਰ ਵੀ ਕੋਈ ਵੀ ਪ੍ਰੋਬਲਮ ਹੈਗੀ ਹੈ, ਤੁਸੀਂ ਡਿਸਕਸ ਕਰ ਸਕਦੇ ਹੋ। ਦਵਾਈ ਤੁਹਾਨੂੰ ਘਰ ਬੈਠੇ ਮਿਲ ਜਾਏਗੀ, ਬਾਕੀ ਸੈਂਟਰਸ ਦੇ ਵਿੱਚ ਵਿਜ਼ਿਟ ਕਰੋ। ਸੋ ਜਿਵੇਂ ਤੁਸੀਂ ਦੱਸਿਆ ਕਿ ਦਿੱਲੀ ਦੇ ਵਿੱਚ ਜਿਵੇਂ ਕਿ ਬਹੁਤ ਵੱਡੀ ਤੁਹਾਡਾ ਸੈਂਟਰਸ ਹੈ, ਉੱਥੇ ਐਡਮਿਟ ਕਰਵਾ ਕੇ ਟ੍ਰੀਟਮੈਂਟ ਕੀਤਾ ਜਾਂਦਾ ਹੈ, ਸੋ ਬਾਕੀ USA ਦੇ ਸੈਂਟਰਸ ਦੇ ਵਿੱਚ ਇਹ ਵਾਲੀ ਫੈਸਿਲਿਟੀ ਅਵੇਲੇਬਲ ਹੈ? ਨਹੀਂ, US 'ਚ ਕਰੰਟਲੀ ਆਪਾਂ ਐਡਮਿਸ਼ਨ ਦੀ ਫੈਸਿਲਿਟੀ ਨਹੀਂ ਰੱਖੀ, ਬਾਕੀ ਆਪਾਂ ਸੋਚ ਜ਼ਰੂਰ ਰਹੇ ਹਾਂ ਇਸ ਪਾਸੇ। ਬਹੁਤ ਜਲਦੀ ਆਪਾਂ USA 'ਚ ਵੀ ਐਡਮਿਸ਼ਨ ਰੱਖ ਕੇ ਸਾਰਾ ਕੁਝ ਕਰਾਂਗੇ। ਫਿਲਹਾਲ ਤਾਂ ਸਾਨੂੰ US ਦੇ ਪੇਸ਼ੈਂਟਸ ਵੀ ਔਰ ਆਲ ਓਵਰ ਦਾ ਵਰਲਡ ਜਿਹੜੇ ਪੇਸ਼ੈਂਟਸ ਨੇ ਉਹ ਦਿੱਲੀ ਵਿਜ਼ਿਟ ਕਰਦੇ ਨੇ, ਸਟੇ ਕਰਦੇ ਨੇ, ਆਪਣੇ ਆਪ 'ਚ ਇੱਕ ਯੂਨੀਕ ਐਕਸਪੀਰੀਅੰਸ ਹੈ, ਕਿਉਂਕਿ ਦੇਵ ਪਾਸ਼ੇ, ਯੁਕਤੀ ਵਿਪਾਸ਼ੇ ਅਤੇ ਸਤਵਾ ਵਜ ਤਿੰਨੋਂ ਹੀ ਤਰ੍ਹਾਂ ਦੀਆਂ ਟ੍ਰੀਟਮੈਂਟਸ ਨੇ ਉੱਥੇ। ਟੈਂਪਲਸ ਨੇ ਵਿੱਚ ਹੀ ਸਾਡੇ ਕੋਲ, ਉੱਥੇ ਯੋਗਾ ਹਾਲਸ ਨੇ, ਜਿਮਸ ਵਿੱਚ ਹੀ ਨੇ, ਨੈਚੁਰੋਪੈਥੀ ਦੇ ਸਾਰੇ ਪ੍ਰੋਸੀਜਰਸ, ਈਵਨ ਕੋਲਨ
ਆਯੁਰਵੇਦ ਦੇ ਸਾਰੀ ਪੰਚਕਰਮਾ ਥੈਰੇਪੀਜ਼ ਉੱਥੇ ਸਾਡੇ ਕੋਲ ਹੁੰਦੀਆਂ ਨੇ। ਡਾਈਟ ਸਾਡਾ ਇਨ ਹਾਊਸ ਆਪਣਾ ਰੈਸਟੋਰੈਂਟ ਆ ਉੱਥੇ, ਜਿੱਥੇ ਪ੍ਰੋਪਰ ਡਾਈਟੀਸ਼ੀਅਨਸ ਡਾਈਟ ਪਲਾਨ ਕਰਦੇ ਨੇ, ਬਲੱਡ ਗਰੁੱਪਸ ਦੇ ਅਕੋਰਡਿੰਗ ਵੀ ਆਪਾਂ ਡਾਈਟ ਦਿੰਦੇ ਹਾਂ, ਜਿਹੜਾ ਕਿ ਅੱਜ ਕੱਲ੍ਹ ਕਾਫੀ ਇਨ ਹੈ। ਉਹ ਸਾਰੀਆਂ ਚੀਜ਼ਾਂ ਕੰਬਾਈਂਡ ਬੰਦੇ ਨੂੰ ਇੱਕ ਛੱਤ ਦੇ ਅੰਡਰ ਮਿਲ ਜਾਂਦੀਆਂ ਨੇ। ਉਹਦੇ ਨਾਲ ਖਾਸ ਤੌਰ 'ਤੇ ਉਹ ਪੇਸ਼ੈਂਟਸ ਜਿਨ੍ਹਾਂ ਦਾ ਵੇਟ ਬਹੁਤ ਹੀ ਜ਼ਿਆਦਾ ਵੱਧ ਚੁੱਕਾ ਹੈ, ਐਕਸਟ੍ਰੀਮ ਓਬੈਸਿਟੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਨਾਂ ਵਾਸਤੇ ਇਹ ਚੀਜ਼ ਬਹੁਤ ਵਧੀਆ ਰਹਿੰਦੀ ਹੈ। ਬਿਲਕੁਲ ਜੀ। ਅਤੇ ਇਹ ਜੇਕਰ ਬਾਈ ਚਾਂਸ ਸਾਡੀ ਆਡੀਅੰਸ ਕੋਈ ਵੀ, ਕਿਉਂਕਿ ਇੰਡੀਆ ਤਾਂ ਤੁਸੀਂ ਆਉਂਦੇ ਹੀ ਰਹਿੰਦੇ ਹੋ, ਸੋ ਤੁਸੀਂ ਨਿਊ ਦਿੱਲੀ ਸੈਂਟਰ ਦੇ ਵਿੱਚ ਜ਼ਰੂਰ ਇੱਕ ਵਾਰ ਵਿਜ਼ਿਟ ਕਰਿਓ। ਸੋ ਅੱਗੇ ਪ੍ਰੋਸੀਜਰ ਜਿਹੜਾ ਉੱਥੇ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਸਮਝਾ ਦਿੱਤਾ ਜਾਏਗਾ। ਬਾਕੀ ਜੇਕਰ ਮੰਨ ਲਓ ਕਿ ਸੈਂਟਰਸ ਦੇ ਵਿੱਚ ਜਿਵੇਂ ਕਿ ਟ੍ਰੀਟਮੈਂਟ ਕੀਤਾ ਜਾਏਗਾ ਨਿਊ ਦਿੱਲੀ ਦੇ ਵਿੱਚ, ਕਿੰਨੀ ਕੁ ਦੇਰ ਦਾ ਇਹ ਟ੍ਰੀਟਮੈਂਟ ਹੋਏਗਾ? ਡਿਪੈਂਡਿੰਗ ਕਿ ਆਪਾਂ ਵੇਟ ਕਿੰਨਾ ਘਟਾਉਣਾ ਚਾਹੁੰਦੇ ਹਾਂ, 7 ਡੇਜ਼, 15 ਡੇਜ਼, 21 ਡੇਜ਼, ਅਲੱਗ ਅਲੱਗ ਡੇਜ਼ ਵਾਸਤੇ ਬੰਦੇ ਸਾਡੇ ਕੋਲ ਆਉਂਦੇ ਨੇ। ਔਰ ਸਭ ਤੋਂ ਵੱਡਾ ਲਾਭ ਕੀ ਹੈ ਉਸ ਸਟੇਅ ਦਾ, ਕਿ ਵੇਟ ਲੋਸ ਸਿਰਫ ਤਾਂ ਸਿਰਫ ਉਸ ਵੇਲੇ ਨਹੀਂ ਹੋ ਰਿਹਾ ਜਦੋਂ ਪੇਸ਼ੈਂਟ ਸਾਡੇ ਕੋਲ ਉੱਥੇ ਹੈ, ਜਾਣ ਤੋਂ ਬਾਅਦ ਵੀ, ਕਿਉਂਕਿ ਮਾਈਕਰੋ ਚੈਨਲਸ ਪਿਊਰੀਫਾਈ ਕਰਦੇ ਨੇ, ਵੇਟ ਲੋਸ ਹੁੰਦਾ ਰਹਿੰਦਾ ਵਾ। ਓਕੇ, ਸੋ ਇੰਨੀ ਕੁ ਦੇਰ ਦੇ ਵਿੱਚ ਜਿਵੇਂ ਕਿ ਤੁਸੀਂ ਦੱਸਿਆ ਕਿ 7 ਡੇਜ਼, 15 ਡੇਜ਼, ਅਤੇ ਇੰਨੀ ਕੁ ਦੇਰ ਦੇ ਵਿੱਚ ਹੀ ਫਰਕ ਪੈ ਜਾਂਦਾ ਕਿ ਹੌਲੀ ਹੌਲੀ ਟਾਈਮ ਦੇ ਨਾਲ? ਜੀ ਬਿਲਕੁਲ, ਪੇਸ਼ੈਂਟ ਸਾਡੇ ਕੋਲ ਅਗਰ 7 ਡੇਜ਼ ਵੀ ਸਟੇ ਕਰਕੇ ਜਾ ਰਿਹਾ ਵਾ, ਉਹਨਾਂ 7 ਦਿਨਾਂ ਦੇ ਅੰਦਰ ਉਹਨੂੰ ਚੇਂਜਿਸ ਆਪਣੇ 'ਚ ਮਿਲਦੇ ਨੇ, ਉਹਦਾ ਵੇਟ ਵੀ ਘੱਟਦਾ ਵਾ ਔਰ ਇੰਚਿਸ ਵੀ ਘੱਟਦੇ ਨੇ, ਕਿਉਂਕਿ ਸਿਰਫ ਵੇਟ ਘਟਾਉਣਾ ਜ਼ਰੂਰੀ ਨਹੀਂ ਹੈ, ਬਾਡੀ ਦੇ ਅੰਦਰ ਫਰਮਨੈਸ ਆਉਣੀ ਚਾਹੀਦੀ ਔਰ ਸਟਰੈਂਥ ਆਉਣੀ ਚਾਹੀਦੀ ਹੈ। ਜਨਰਲੀ ਓਬੈਸਟੀ ਕਰਕੇ ਬੰਦੇ ਦਾ ਲਿਥਾਰਜੀ ਵੱਧ ਜਾਂਦੀ ਹੈ, ਬੰਦੇ ਨੂੰ ਵੀਕਨੈਸ ਫੀਲ ਹੋਣੀ ਸ਼ੁਰੂ ਹੋ ਜਾਂਦੀ ਹੈ, ਬ੍ਰੈਥਲੈਸਨੈਸ ਹੁੰਦੀ ਹੈ। ਸਿਰਫ ਵੇਟ ਲੋਸ ਹੀ ਨਹੀਂ, ਬੰਦੇ ਨੂੰ ਉਹਨਾਂ ਸਾਰੀਆਂ ਚੀਜ਼ਾਂ 'ਚ ਫਾਇਦਾ ਫਸਟ 7 ਡੇਜ਼ 'ਚ ਹੀ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜੀ ਬਿਲਕੁਲ ਜੀ, ਬਹੁਤ ਹੀ ਘੱਟ ਟਾਈਮ ਦੇ ਵਿੱਚ, ਕਿਉਂਕਿ ਐਡੀ ਵੱਡੀ ਪ੍ਰੋਬਲਮ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ, ਐਕਸਰਸਾਈਜ਼ ਕਰਨ ਦੀ ਕਰਦੇ ਹਾਂ, ਡਾਇਟ ਕਰਨ ਦੀ ਕਰਦੇ ਹਾਂ, ਸੋ ਨਹੀਂ ਫਰਕ ਪੈਂਦਾ ਸਾਨੂੰ, ਅਤੇ 7 ਤੋਂ 8 ਦਿਨ ਦੇ ਵਿੱਚ ਹੀ ਤੁਹਾਨੂੰ ਫਰਕ ਪੈਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ। ਸੋ ਇੰਡੀਆ ਆਉਣ ਦਾ ਪਲਾਨ ਹੈਗਾ ਅਤੇ ਜ਼ਰੂਰ ਇੱਕ ਵਾਰ ਨਿਊ ਦਿੱਲੀ ਸੈਂਟਰ ਦੇ ਵਿੱਚ ਵਿਜ਼ਿਟ ਕਰੋ। ਬਾਕੀ ਨਿਰੋਗਮ DT ਜਿਹੜਾ ਘਰ ਬੈਠੇ ਤੁਸੀਂ ਔਡਰ ਕਰ ਸਕਦੇ ਹੋ, ਪਹੁੰਚ ਜਾਏਗੀ, ਉਹਨਾਂ ਨੂੰ ਤੁਸੀਂ ਉਹ ਟੈਬਲੇਟਸ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਲੈ ਸਕਦੇ ਹੋ। ਬਾਕੀ ਜਿਹੜੀ ਵੀ ਇਨਫੋਰਮੇਸ਼ਨ ਲੈਣੀ ਹੈਗੀ ਆ, ਨੰਬਰ ਲਗਾਤਾਰ TV ਸਕਰੀਨ 'ਤੇ, ਹੈਲਪਲਾਈਨ ਨੰਬਰ ਜੋ ਨੇ ਉਹ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਕਾਲ ਕਰੋ ਅਤੇ ਜਿਹੜੀ ਆਪਣੀ ਪ੍ਰੋਬਲਮ ਹੈ ਉਹ ਤੁਸੀਂ ਡਿਸਕਸ ਕਰੋ। ਸੋ ਜਲਦੀ ਜਲਦੀ ਜਰਨਲ ਇੱਕ ਮੈਸੇਜ ਮੋਟਾਪੇ ਨੂੰ ਲੈ ਕੇ ਆਡੀਅੰਸ ਨੂੰ ਤੁਸੀਂ ਕੀ ਦੇਣਾ ਚਾਹੋਗੇ ਕਿ ਉਹ ਪਹਿਲਾਂ ਹੀ ਇਹਨਾਂ ਸਭ ਚੀਜ਼ਾਂ ਤੋਂ ਦੂਰ ਰਹਿਣ? ਮੋਟਾਪੇ ਤੋਂ ਅਗਰ ਆਪਾਂ ਬਚਣਾ ਚਾਹੁੰਦੇ ਹਾਂ ਜੀ, ਰਾਤੀ ਟਾਈਮ ਸਿਰ ਸੋਵੋ, ਸਵੇਰੇ ਟਾਈਮ ਸਿਰ ਉੱਠੋ, ਅਤੇ ਦਿਨ ਦੇ ਅੰਦਰ ਕੋਸ਼ਿਸ਼ ਕਰੋ ਬਾਰ ਬਾਰ ਜਿਹੜਾ ਆਪਾਂ ਮੰਚਿੰਗ ਕਰਦੇ ਹਾਂ ਵਿੱਚ, ਉਸ ਮੰਚਿੰਗ ਦੀ ਆਦਤ ਨੂੰ ਜ਼ਰੂਰ ਛੱਡੋ। ਅਗਰ ਮੰਚਿੰਗ ਕਰਨੀ ਹੈ ਤਾਂ ਸਿਰਫ ਗਰਮ ਪਾਣੀ ਦੀ ਕਰੋ, ਆਦਤ ਪਾਓ ਵਿੱਚ ਗਰਮ ਪਾਣੀ ਪੀਣ ਦੇ, ਨਾ ਕਿ ਬਾਰ ਬਾਰ ਕੁਛ ਨਾ ਕੁਛ ਖਾਂਦੇ ਰਹਿੰਦੇ, ਕਿਉਂਕਿ ਮੰਚਿੰਗ ਹੀ ਸਭ ਤੋਂ ਵੱਡਾ ਕਾਰਨ ਹੈ ਮੋਟਾਪੇ ਨੂੰ ਵਧਾਉਣ ਦਾ। ਜੀ, ਸੋ ਥੈਂਕ ਯੂ ਸੋ ਮਚ ਸਾਡੀ ਆਡੀਅੰਸ ਦੇ ਨਾਲ ਇਹ ਸਾਰੀ ਇਨਫੋਰਮੇਸ਼ਨ ਸ਼ੇਅਰ ਕਰੇ। ਸਤਿ ਸ਼੍ਰੀ ਅਕਾਲ ਜੀ। ਸੋ ਜੀ, ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਦੱਸ ਰਹੀ ਹਾਂ ਕਿ ਨੰਬਰ ਲਗਾਤਾਰ TV ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਹੈਲਪਲਾਈਨ ਨੰਬਰ ਨੇ, ਇਹਨਾਂ ਨੰਬਰ 'ਤੇ ਕਾਲ ਕਰ ਸਕਦੇ ਹੋ। ਬਾਕੀ ਜਿਹੜੀ ਵੀ ਪ੍ਰੋਬਲਮ ਹੈ ਉਹ ਡਿਸਕਸ ਕਰ ਸਕਦੇ ਹੋ। ਜੇਕਰ USA ਦੇ ਵਿੱਚ ਰਹਿੰਦੇ ਹੋ, ਗੁੱਡ ਨਿਊਜ਼ ਹੈ ਜੀ, ਉੱਥੇ ਸੈਂਟਰਸ ਹੈਗੇ ਨੇ, ਇਹਨਾਂ ਸੈਂਟਰਸ ਦੇ ਐਡਰੈਸ ਜਿਹੜੇ ਨੇ ਉਹ ਤੁਸੀਂ ਇਹਨਾਂ ਨੰਬਰ 'ਤੇ ਕਾਲ ਕਰਕੇ ਲੈ ਸਕਦੇ ਹੋ, ਉੱਥੇ ਵਿਜ਼ਿਟ ਕਰੋ। ਬਾਕੀ ਜਿਹੜੀ ਆਸ ਪਾਸ ਦੀ ਆਡੀਅੰਸ ਹੈਗੀ ਆ, ਤੁਸੀਂ ਕਾਲ ਕਰਕੇ ਹੀ ਪ੍ਰੋਬਲਮ ਜਿਹੜੀ ਆ ਉਹ ਆਪਣੀ ਦੱਸ ਸਕਦੇ ਹੋ। ਸੋ ਇਸੇ ਦੇ ਨਾਲ ਮੈਨੂੰ ਫਰੀਦ ਨੂੰ ਵੀ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ।